اللهم كل وليك الحجة بن الحسن صلواتك عليه وعلى آبائه في هذه الساعة وفي كل ساعة وليا وحافظا وقائدا وناصرا مدليلا وعينا حتى تسكنه ورزقته وعين وتمتعه فيها طويلا يا رب الحسين بحق الحسين اشف صدر الحسين بظهور الحجة القائم علیہ الصلاۃ والسلام اللہ ذکر دا صدقہ آنسو دا صدقہ عبادت دا صدقہ دعا ہے جناب شہزاد علی اکبر دی جوانی دا صدقہ بھائی حیدر عباس نو اللہ کلی شفا عطا فرما اللہ انہاں نو شفا کامل و عاجلا عطا فرما جوانی قائم و دائم فرما خالق مالک تو رحیم تے کریم ہے بارہویں بادشاہ دی جوتی دا صدقہ بھائی نو شفا عطا فرما بھائی نو صحت کلی عطا فرما ولی الامر مولا دا جلد ظہور فرما سانو بادشاہ دی زیارت دے قابل بنا بے فضل کا و رحمت کا یا ارحم الراحمین اللہم صلی علی محمد و آل محمد اجازت ہے بابا جی کوشش کرو صلوات سارے اونچی آواز نال اعوذ باللہ من الشیطان الرجیم بسم اللہ عبادت پوری ہے رات دی مجلس حاضری مقصد ہے گھر رہے اس عظیم دربار لوامنی تے صرف حاضری ہوندی اور رونی ہے جڑی لاہور دفن ہے دھیاں نو بیٹھی آ جی کپڑے لے آؤ میں تیرے بھراواں دی تیاری کریں بابا جی تیاری کریں دی رہی بزرگ جا کے راہ دے آئیں جتنا پانی سرت پہندی آئی اس تو ڈھیر رکھی جو ڈھے پہند آئی مڑ مڑ موں چمکے آ دیا انج لگ دے تو سنبھلنا کوئی نہیں آ دیا انج لگ دے تو آ دی میری آخری ملاقات صدقے ہو پوا تیاری کرا بیٹھی سردار دے سامنے پتر پیش کیتے سی لاؤ سردار قربانی حاضر ہے جناب مسلم پنج قدم چائے وڈے دا منہ چومے چھوٹے دی اکھی تے بوسا دیتے وین کر کے دن بچڑا اگے ماں تیاری کرن دی آئی اتنی دیر نہیں ہوندی اج دیر کیوں لگ گئی ہے وڈا چپ کر گئی ہے چھوٹے پیو دے گل بہی پائی ہے داڑی تے بوسا دے کہہ دا بابا نہیں سما جاندی آج ماں ساڑی تے بہو پیار کریں دی رہی ہے نا سوہان سکلی ساڑیا والا تے جدا کنگیاں دے دی رہی ہے روک سیدہ دے بابا کئی وار پوا کے چولے سا تے کئی وار لہیں دی
ਪੀ ਰਹੀ ਹੈ ਮਾਂ ਜੁਹਾਈ ਸਾਡੇ ਮੂੰਹ ਚੁੰਮ ਕੇ ਆ ਗਈ ਬਚੜੇ ਇੰਜ ਬਟਣ ਖੁੱਲੀਂਦੇ ਤਮਾਮ ਹੋ ਗਈ ਹਾਜ਼ਰੀ 71 ਵਾਸਤੇ ਮੋਹਰ ਲਵਾਉਣ ਵਾਸਤੇ ਜਿੱਥੇ ਕੈਦ ਐਨ 5 ਸਾਲਾਂ ਦਾ ਵੱਖਰੀ ਕੋਠੀ ਹੈ 7 ਸਾਲਾਂ ਦਾ ਵੱਖਰੀ ਕੋਠੀ ਹੈ ਬਾਬਾ ਜੀ ਮੈਂ ਬਾਦਸ਼ਾਹ ਹੁਸੈਨ ਦੇ ਜਦੋਂ ਚੌਖਟ ਚ ਮਿਣ ਗਈ ਹਾਂ ਮੈਂ ਇਹਨਾਂ ਦੇ ਰੋਜ਼ਿਆਂ ਤੇ 170 ਆਖੀ ਆਈ 170 ਜਵਾਰ ਆਈ ਕਾਫਲੇ ਚ ਮੈਂ ਜ਼ਰੀ ਤੇ ਆਖਾਈ ਮੁਸਲਮਾਨਾ ਇਹ 5 ਸਾਲਾਂ ਦੇ ਇਹ 7 ਸਾਲਾਂ ਦਾ ਗੁਜਰਾਤ ਦੀ ਸਹੀ ਆਜ਼ਾਦੀ ਆਈ ਜੈ ਬੁਰਕੇ ਚ ਬਹੁ ਮਾਤਮ ਕੀਤਾ ਈ ਮੁੜ ਮੁੜਾ ਦੀ ਆਈ ਹੁਸੈਨ ਰਜ਼ਾ ਕਰ ਇਹ ਜਿਹੜਾ 5 ਸਾਲਾਂ ਦਾ ਮਾਂ ਤੋਂ ਬਗੈਰ ਕਿਵੇਂ ਸੁੱਤੇ ਇਹਦੀ ਮਾਂ ਜੋ ਦੂਰ ਆਈ ਇਹਨੂੰ ਮਾਂ ਤੋਂ ਬਗੈਰ ਨਿੰਦਰ ਕਿਵੇਂ ਆਈ ਸਦਕੇ ਹੋ ਪਵਾਂ ਸਦਕੇ ਹੋ ਈਦ ਦੀ ਰਾਤ ਇੱਥਾਂ ਹੀ ਕਵੇ ਨੇ ਇਬਾਦਤ ਵਾਸਤੇ ਈਦ ਦੀ ਰਾਤ ਮਸ਼ਕੂਰ ਦਰੋ ਗਏ ਅਦੇ ਮੈਂ ਲੇਟਾਂ ਤੇ ਕੰਨਾਂ ਤੇ ਆਵਾਜ਼ ਆਏ ਵਾਰਸਾਂ ਵਾਲਿਆਂ ਨੂੰ ਖਵਾਇਆ ਨਹੀਂ ਮੈਂ ਵਾਰਿਸ ਭੁੱਲ ਗਏ ਨਹੀਂ ਅਦੇ ਮੈਂ ਖਾਬ ਸਮਝਾਇ ਤਵੈਣ ਆਏ ਖਾਣੇ ਖਵਾ ਜਾਂ ਮੇਰੇ ਪਿਓ ਦਾ ਕਲਮਾ ਛੋੜ ਅਦੇ ਸਮਝ ਗਿਆ ਮੁਹੰਮਦ ਦੀ ਖਾਲੀ ਵਾਲੀ ਹੋਈ ਧੀ ਹੈ ਅਦੇ ਮੈਂ ਖਾਣੇ ਤਾਂ ਚਾਹੇ ਲੇਕਿਨ ਬੀਵੀ ਇਕੱਠੇ ਦਿੱਤੇ ਨੇ ਮੈਂ ਆਖਿਆ ਵੱਖਰੇ ਦੇ ਮੁੜ ਮੁੜਾ ਦੀ ਆਈ ਫਿਰਾ ਜੁਵੇਂ ਇਕੱਠੇ ਨਾ ਕਾਸ ਅਦੇ ਮਜਬੂਰੀ ਹੈ ਇਕੱਠੇ ਕੈਦ ਕੋਈ ਨਹੀਂ ਅਦੇ ਮੈਂ ਖਾਣੇ ਚਾਹੇ ਵੱਡੇ ਸ਼ਹਿਜ਼ਾਦੇ ਦੇ ਜ਼ਿੰਦਾ ਉਹਦੇ ਦਰ ਤੇ ਆਇਆ ਅਦੇ ਨਾ ਹੋਵੇ ਨਾ ਅੱਖੀ ਨਾ ਡਿੱਠਾ ਹੋਇਆ ਮੰਜ਼ਰ ਅਦੇ ਮੈਂ ਡਿੱਠੇ ਤਾਂ 7 ਸਾਲਾਂ ਦਾ ਦੀਵਾਰ ਨਾਲ ਮੱਥਾ ਲਾਈ ਖੜੇ ਤੇ ਹੌਲੇ ਹੌਲੇ ਕਰਾ ਦਾ ਨੀਂਜ ਬੁਲੈਂਦਾ ਤੇਰੇ ਇਲਾਵਾ ਇੱਥੇ ਮੇਰਾ ਕੌਣ ਹੈ ਤੂੰ ਛੋਟੇ ਮੈਂ ਵੱਡਾ ਉਸਦੇ ਨਾ ਮੈਨੂੰ ਜਵਾਬ ਦੇ ਉਸ ਲਿਆਦਾ ਮੈਂ ਕਦਮਾਂ ਤੇ ਹੱਥ ਲੈ ਤਾਂ ਮੈਂ ਕਹਿ ਮਾਫੀ ਦੇ ਅਦਾ ਯਤੀਮ ਕਹਿ ਤੇ ਨਾਰਾਜ਼ ਨਹੀਂ ਹੋਵੇ ਅਦਾ ਨਾਰਾਜ਼ ਨਹੀਂ ਤਾਂ ਮੁੜ ਖਾਣਾ ਖਾ ਅਦੇ ਕਿਵੇਂ ਖਾਵਾਂ ਪਰਦੇਸ ਚ ਮੇਰਾ ਵੀਰਾ ਮਰ ਗਏ ਤੇ ਜਿਹਦੇ ਵੀਰਾ ਮਰ ਪਵੇ ਨੇ ਉਹ ਖਾਣੇ ਨਹੀਂ ਖਾਂਦੇ ਅਦੇ ਦਰਮਿਆਨ ਉਹਨੇ ਦੀਵਾਰ ਆਈ ਕਿਵੇਂ ਪਤਾ ਲੱਗਈ ਜਿਹੜੀ ਗੱਲ ਕੀਤੀ ਇਸ ਜ਼ਿੰਦਗੀ ਰੋਵੀ ਇਹ ਹੱਕ ਅਦਾ ਨਹੀਂ ਹੁੰਦਾ ਵੱਡੇ ਸਈਆ ਦੀਆਂ ਅੱਖੀ ਵਸੀਏ ਅਦੇ ਚਾਚਾ ਸੁਬਹ ਲੈ ਸਦੇ ਤੇ ਅਦਾ ਵੀਰ ਬਹੁ ਬੁਖਾਰ ਹੈ ਦੁਪਾਰੀ ਸਦੇ ਤੇ ਅਦਾ ਵੀਰ ਅੰਮਾ ਦੀ ਮੂਝ ਖਾ ਗਈ ਸਦਕੇ ਹੋ ਪਵਾਂ ਸਦਕੇ ਹੋ ਪਵਾਂ ਦਰ ਖੋਲ ਵੇਖਣ ਦੇ ਮਾਂ ਤੋਂ ਬਗੈਰ ਕਿਵੇਂ ਸੁਤਾ ਦਰ ਖੁੱਲੇ ਤਾਂ ਸਰ ਸਜਦੇ ਚਾਹੀ ਮਸ਼ਕੂਰਾ ਦੇ ਜ਼ਿੰਦੇ ਮੈਂ ਤਬੀਬ ਸਦੇ ਨਾ ਆਦੇ ਨਾ ਸਰ ਤਬੀਬ ਮੈਂ ਦੱਸੇ ਨਾ ਮੈਨੂੰ ਮਾਰੇ ਨਹੀਂ ਆਦਾ ਜਿਹੜਾ ਰਾਤੀ ਖਾਣੇ ਗਿਨਾ ਉਹ ਮਾਰਨ ਤਾਂ ਨਹੀਂ ਆਇਆ ਆਦਾ ਪਹਿਲਾ ਤਬੀਬ ਦੱਸੇ ਨਾ ਦੱਸਦੇ ਦੀ ਬੀਵੀ ਹੈ ਆਦਾ ਤੁਹਾਡੀ ਨੌਕਰਾਨੀ ਹੈ ਪੰਜਵੇਂ ਕਦਮ ਤੇ ਗਿਆ ਹੈ ਦੀਵਾਰ ਛੋੜ ਗਿਆ ਦਾ ਚਾਚਾ ਧੀਆਂ ਹੀ ਤਾਂ ਹੋ ਸੁਣੀ ਆਦਾ ਧੀਆਂ ਰਲਾਈ ਆਵੇ ਅਸਾਂ ਦੋ ਰੋਂਦੀਆਂ ਛੋੜ ਧੀਆਂ ਚਾਹੀਆ ਹੈ ਜ਼ਿੰਦਾ ਹੁੰਦੇ ਦਰ ਤੇ ਆਏ ਦਰ ਖੁੱਲੇ ਅੰਦਰ ਕਦਮ ਰੱਖੇ ਮਸ਼ਹੂਰ ਦੀ ਬੀਵੀ ਸਰ ਚਾਹੇ ਝੋਲੀਏ ਚ ਪਾ ਕੇ ਬੈਠੀਆਂ ਦੀ ਜਾਗ ਮਾਂ ਮਿਲੇ ਨਹੀਂ ਹੈ ਅਜਣ ਤੱਕ ਨਹੀਂ ਬੋਲਾ ਮਸ਼ਹੂਰ ਦੀਆਂ ਧੀਆਂ ਤਲੀਆਂ ਚੁਮੀਏ ਪੈਰ ਕਰਕੇ ਪਿਆ ਦੀ ਜਾਗ ਵੇ ਵੀਰ ਭੈਣਾ ਈਰ ਮੰਗਣ ਆਏ ਈਦ ਨਾਮ ਆਏ ਉਠੀਦਾ ਹੈ ਹੱਥ ਵਧਾਈਆ ਹੈ ਤੇਰੀ ਮਾਂ ਨਹੀਂ ਹੈ ਤੇਰੀਆਂ ਭੈਣਾਂ ਨਹੀਂ ਛੋਟਾ ਤਾਂ ਮੈਨੂੰ ਮਾਫੀ ਦੇਵੇ ਮੈਂ ਗਾਜ਼ੀ ਦਾ ਫੜੇ ਜਾ ਵੱਡੇ ਰੋਂਦਾ ਜਿੱਥੇ ਮੂੰਹ ਚੁੰਮ ਕੇ ਦਾ ਨਾ ਰੋ ਜ਼ਿੰਦਾਨ ਆਦਾ ਕਿਵੇਂ ਨਾ ਰੋਵਾ ਆ ਯਾਦ ਗਿਆ ਹੈ ਜਦਾਂ ਟੁਰਦੇ ਵੇਲੇ ਅੰਮਾ ਪਿਆਰ ਕਰੇ ਦੀ ਰਹੀ ਆਈ ਰੋ ਰੋ ਕੇ ਆਦਾ ਹੀ ਨਾ ਸੀ ਹਾਂ ਸੁਗਦੀ ਅੱਲਾ ਲਨਤੁਲਾਹ ਅਲਾ ਕੁਲ ਅਲਮੀਨ ਹੋਸ ਉਹ